ਬਿਸਮਿਲਾ ਦੀ ਬਰਕਤ ਅੱਜ ਮੈਂ ਬਣਾਵਾਂਗੀ ਚਿਕਨ ਆਲੂ ਅਤੇ ਸਬਜ਼ ਫਲੀ ਦੇ ਕਬਾਬ। ਨਵੀਂ ਡਿਸ਼ ਬਣਾ ਰਹੀ ਹਾਂ, ਚਲੋ ਫਿਰ ਬਣਾ ਲਈਏ। ਸਬਜ਼ ਫਲੀ ਪਾਵਾਂਗੀ ਮੈਂ, ਛੋਟੀ ਪਿਆਲੀ ਉਬਲੀ ਹੋਈ ਹੈ, ਠੀਕ ਹੈ। ਆਲੂ ਪਾਵਾਂਗੀ, ਇੱਕ ਪਾਓ ਆਲੂ ਨੇ, ਇਹਨਾਂ ਨੂੰ ਵੀ ਹੱਥ ਨਾਲ ਫੇਰ ਲਾਂਗੀ, ਆਲੂ ਵਿੱਚ ਪਾ ਦਾਂਗੀ, ਫੇਰ ਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ, ਠੀਕ ਹੈ। ਫਿਰ ਤੁਹਾਨੂੰ ਦਿਖਾਉਂਦੀ ਹਾਂ, ਫੇਰ ਲਵਾਂ ਪਹਿਲੇ ਮੈਂ ਆਲੂ ਸਬਜ਼ ਫਲੀ ਮੈਂ ਮਿਕਸ ਕਰਤੀ ਹੈ, ਹੁਣ ਮੈਂ ਵਿੱਚ ਪਾਵਾਂਗੀ ਚਿਕਨ ਇੱਕ ਪਿਆਲੀ ਉਬਲਿਆ ਆ, ਠੀਕ ਹੈ। ਇੱਕ ਚਮਚ ਧਨੀਆ ਪਾਵਾਂਗੀ ਹਰਾ, ਸਬਜ਼ ਮਿਰਚ ਪੀਸੀ ਹੋਈ ਇੱਕ ਚਮਚ, ਪਿਆਜ਼ ਇੱਕ ਚਮਚ ਕੱਟਿਆ ਆ, ਕੈਚਅਪ ਦੋ ਚਮਚ। ਨਵੀਂ ਡਿਸ਼ ਬਣਾ ਰਹੀ ਹਾਂ ਮੈਂ, ਘਰ ਵੀ ਬਣਾਈ ਸੀ, ਤੁਹਾਨੂੰ ਵੀ ਅੱਛੀ ਲੱਗੀ ਹੈ। ਕਬਾਬ ਚਿਕਨ ਮਾਇਨੀਜ਼ ਦੋ ਚਮਚ, ਤੈਨੂੰ ਮੈਂ ਮਿਕਸ ਕਰ ਦਾਂਗੀ, ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ ਮੈਂ। ਖੱਟੀ ਮਿੱਠੀ ਇਮਲੀ ਇੱਕ ਚਮਚ, ਇਹ ਵੀ ਮਿਕਸ ਕਰਾਂਗੀ, ਤੁਹਾਨੂੰ ਬਹੁਤ ਅੱਛੇ ਲੱਗਣਗੇ। ਕਬਾਬ ਹੈ ਮਿਕਸ ਹੋ ਗਿਆ, ਹੁਣ ਮੈਂ ਤੁਹਾਨੂੰ ਮਸਾਲੇ ਪਾ ਕੇ ਦਿਖਾਉਂਦੀ ਹਾਂ। ਇਹਦੇ 'ਚ ਪਾਵਾਂਗੇ ਕਬਾਬ ਦੇ ਮਸਾਲੇ 'ਚ ਪਰੀ ਪਰੀ ਮਸਾਲਾ ਅੱਧਾ ਚਮਚ, ਠੀਕ ਹੈ। ਬੇਕ ਪਾਊਡਰ ਮਸਾਲਾ ਅੱਧਾ ਚਮਚ, ਸੁਰਖ ਪੀਸੀ ਮਿਰਚ ਅੱਧਾ ਚਮਚ, ਚਾਟ ਮਸਾਲਾ ਅੱਧਾ ਚਮਚ, ਅਮਚੂਰ ਪਾਊਡਰ ਅੱਧਾ ਚਮਚ, ਠੀਕ ਹੈ। ਕੋਰਨਫਲੋਰ ਚਾਰ ਚਮਚ ਪਾਵਾਂਗੀ ਵਿੱਚ ਮੈਂ, ਕੋਰਨਫਲੋਰ ਤੈਨੂੰ ਮਿਕਸ ਕਰਾਂਗੀ, ਤੈਨੂੰ ਦੇ ਕਬਾਬ ਬਣਾਵਾਂਗੀ, ਠੀਕ ਹੈ। ਚਲੋ ਫਿਰ ਮਿਕਸ ਕਰ ਲਈ ਇਹਨੂੰ ਅੱਛੀ ਤਰ੍ਹਾਂ, ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਂਦੀ ਹਾਂ ਮੈਂ। ਮਸਾਲੇ ਮਿਕਸ ਹੋ ਗਏ ਨੇ, ਹੁਣ ਮੈਂ ਵਿੱਚ ਨਮਕ ਪਾਵਾਂਗੀ ਅੱਧਾ ਚਮਚ, ਠੀਕ ਹੈ। ਫਿਰ ਤੁਹਾਨੂੰ ਉਹਨਾਂ ਨੂੰ ਮਿਕਸ ਕਰਕੇ ਕਬਾਬ ਬਣਾ ਕੇ ਦਿਖਾਉਂਦੀ ਹਾਂ, ਮਿਕਸ ਕਰਨਾ ਮੈਂ ਅੱਛੀ ਤਰ੍ਹਾਂ। ਚਿਕਨ ਸਬਜ਼ ਫਲੀ ਆਲੂ ਦੀ ਸਾਡੀ ਪੀਠੀ ਤਿਆਰ ਹੋ ਗਈ ਹੈ, ਹੁਣ ਮੈਂ ਹੱਥਾਂ 'ਤੇ ਲਾਵਾਂਗੀ ਥੋੜ੍ਹਾ ਜਿੰਨਾ ਤੇਲ ਇਸ ਤਰ੍ਹਾਂ, ਅਤੇ ਮੈਂ ਕਬਾਬ ਬਣਾਵਾਂਗੀ, ਠੀਕ ਹੈ। ਇਸ ਤਰ੍ਹਾਂ ਕਬਾਬ ਕਿਸੇ ਨੇ ਨਹੀਂ ਬਣਾਏ ਹੋਣੇ, ਨਵੀਂ ਡਿਸ਼ ਮੈਂ ਬਣਾਈ ਸੀ ਘਰ ਵੀ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਮੌਸਮ ਦੇ ਮੁਤਾਬਿਕ ਸਬਜ਼ੀਆਂ ਨੇ ਅਤੇ ਅੱਛੀਆਂ ਲੱਗਣਗੀਆਂ, ਇਸ ਤਰ੍ਹਾਂ ਮੈਂ ਸਭ ਕਬਾਬ ਬਣਾ ਲਵਾਂਗੀ, ਠੀਕ ਹੈ। ਦੂਸਰਾ ਕਬਾਬ ਵੀ ਇਸ ਤਰ੍ਹਾਂ ਹੀ ਬਣਾਵਾਂਗੀ, ਬਾਕੀ ਕਬਾਬ ਵੀ ਇੰਝ ਹੀ ਬਣਾਵਾਂਗੀ, ਫਿਰ ਸਾਰੇ ਕਬਾਬ ਬਣਾ ਕੇ ਤੁਹਾਨੂੰ ਦਿਖਾਉਂਦੀ ਹਾਂ। ਬੇਟਾ ਜੀ ਕਬਾਬ ਮੈਂ ਬਣਾ ਦਿੱਤੇ ਨੇ, ਹੁਣ ਅਸੀਂ ਤਲਨੇ ਹਾਂ, ਠੀਕ ਹੈ। ਚਲੋ ਫਿਰ ਤਲਣ ਚੱਲੀਏ ਬਾਹਰ, ਚਲੋ ਫਿਰ ਕਬਾਬ ਫਰਾਈ ਕਰ ਲਈਏ, ਤਵੇ 'ਤੇ ਤੇਲ ਪਾਉਂਦੇ ਹਾਂ। ਤੇਲ ਗਰਮ ਹੋ ਗਿਆ, ਹੁਣ ਮੈਂ ਵਿੱਚ ਕਬਾਬ ਪਾਉਣ ਲੱਗੀ ਹਾਂ, ਠੀਕ ਹੈ। ਬਿਸਮਿਲਲਾ, ਸਭ ਕਬਾਬ ਮੈਂ ਇਸ ਤਰ੍ਹਾਂ ਹੀ ਰੱਖ ਦਾਂਗੀ, ਫਿਰ ਇੱਕ ਮਿੰਟ ਬਾਅਦ ਤੁਹਾਨੂੰ ਦਿਖਾਉਂਦੀ ਹਾਂ, ਠੀਕ ਹੈ। ਬਿਸਮਿਲਲਾ, ਬੇਟਾ ਜੀ ਮੈਂ ਪਲਟਾਉਣ ਲੱਗੀ ਹਾਂ, ਮਾਸ਼ਾਅੱਲਾ ਦੇਖੋ ਜ਼ਰਾ, ਦੇਖੋ ਜ਼ਰਾ, ਇਸ ਤਰ੍ਹਾਂ ਕਿਸੇ ਨੇ ਵੀ ਨਹੀਂ ਯੂਟਿਊਬ 'ਤੇ ਬਣਾਈ ਹੋਣੀ, ਸਬਜ਼ ਫਲੀ ਆਲੂ ਚਿਕਨ ਦੀ ਕਬਾਬ, ਠੀਕ ਹੈ। ਸਾਰੇ ਮੈਂ ਕਬਾਬ ਇਸ ਤਰ੍ਹਾਂ ਹੀ ਉਲਟਾ ਦਾਂਗੀ, ਮਾਸ਼ਾਅੱਲਾ। ਬੇਟਾ ਜੀ ਮੈਂ ਸਬਜ਼ ਫਲੀ ਚਿਕਨ ਆਲੂ ਦੇ ਕਬਾਬ ਡਿਸ਼ ਆਊਟ ਕਰਤੇ ਨੇ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾ ਹਾਫਿਜ਼।